ਮਸਤੂਆਣਾ ਸਾਹਿਬ ਵਿਖੇ ਬਣ ਰਹੇ ਮੈਡੀਕਲ ਕਾਲਜ ਵਿੱਚ ਸਭ ਤੋਂ ਵੱਡਾ ਅੜਿੱਕਾ ਮੰਨੇ ਜਾ ਰਹੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਸੰਗਰੂਰ ਦੇ ਆਗੂ ਤੇਜਾ ਸਿੰਘ ਕਮਾਲਪੁਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਚੰਗਾਲ ਅਤੇ ਜਸਵੰਤ ਸਿੰਘ ਖਹਿਰਾ ਦਾ ਇਲਾਕੇ ਦੀ ਸੰਗਤ ਵੱਲੋਂ ਜਿੱਥੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਉੱਥੇ ਹੀ ਇਹਨਾਂ ਆਗੂਆਂ ਵਿਰੁੱਧ ਪਿੱਟ ਸਿਆਪਾ ਕਰਕੇ ਬੈਨ ਪਾ ਕੇ ਆਪਣਾ ਰੋਸ ਜਤਾਇਆ। ¡Gracias!
ਤੇ ਹੋਰ ਜਿਹੜੇ ਲੋਕ ਤੇ ਮੇਰੀਆਂ ਮਤਾਰਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੰਬੋਵਾਲ ਦੇ ਨਿਵਾਸੀ ਲੋਕੋ ਤੁਹਾਨੂੰ ਪਤਾ ਹੀ ਹੈ ਕਿ ਮਾਸਟਰ ਸਾਹਿਬ ਦੇ ਜੋ ਸਾਰੇ ਏਰੀਏ ਦੇ ਵਿੱਚੋਂ ਸੰਗਤ ਆਉਂਦੀ ਹੈ ਤਕਰੀਬਨ ਲਗਭਗ 2 ਮਹੀਨੇ ਹੋ ਚੁੱਕੇ ਨੇ। ਸਾਰਾ ਸਿਆਲ ਉੱਤੋਂ ਹੀ ਲੰਘ ਚੁੱਕਿਆ। ਆਹ ਗੋਬਿੰਦ ਦੇ ਬੈਨ ਪਾਉਂਦਿਆਂ ਨੂੰ ਇਹਨਾਂ ਨੇ ਕੀਤਾ ਕੀ ਹੈ? ਗੋਬਿੰਦ ਨੇ ਇੱਥੇ ਜੋ ਲੰਬੋਵਾਲ ਹੈ ਬਵੰਜਾ ਬਹਾਦਰ ਸ਼ਹੀਦਾਂ ਦਾ ਲੰਬੋਵਾਲ ਸ਼ਹਿਰ ਨਗਰ ਬਸਿਆ ਤੇ ਇਸ ਨੇ ਤਰਵੰਜੇ ਦੇ ਵਿੱਚ ਕੀਤਾ ਕਾਲਾ ਮੂੰਹ ਕੀਤਾ ਗਾ। ਜੋ ਮਾਸਟਰਾਂ ਸਾਹਿਬ 25 ਏਕੜ ਜ਼ਮੀਨ ਗੁਰਦੁਆਰਾ ਜੀਠਾ ਸਾਹਿਬ ਨੇ ਦਿੱਤੀ ਹੈ ਹੋਸਪਿਟਲ ਔਰ ਮੈਡੀਕਲ ਵਾਸਤੇ ਇਹਨਾਂ ਭੱਦਰ ਪੁਰਸ਼ਾਂ ਨੇ ਉਸ ਨੇ ਮੈਂ ਉੱਥੇ ਸਟੇ ਲਿਆਂਦੀ ਹਾਈ ਕੋਰਟ ਦੇ ਵਿੱਚੋਂ। ਦੇਖੋ ਨਾ ਤਾਂ ਆਪ 70 ਸਾਲ ਦੇ ਵਿੱਚ ਕੁਛ ਕੀਤਾ ਗਾ ਨਾ ਇਹ ਕਰਨ ਦਿੰਦੇ ਨੇਗੇ। ਉੱਥੇ ਪੈਸੇ ਪੈ ਚੁੱਕੇ ਨੇ, ਟੈਂਡਰ ਸਾਰੇ ਹੋ ਚੁੱਕੇ ਨੇ, ਇਹਨੂੰ ਭੱਦਰ ਪੁਰਸ਼ਾਂ ਨੇ ਲੱਤ ਉੜਾ ਲਈ। ਦੇਖੋ ਸੋਚੋ ਮਾਰੀ ਗੱਲ ਹੈ, ਜ਼ਮੀਨ ਕੋਈ ਨਾ ਰਿਹਾ, ਪੈਸੇ ਕੋਈ ਨਾ ਰਿਹਾ, ਆਹ ਤੀਜਾ ਤੋੜ ਹੈ ਖਾਲਸਾ ਲੱਤ ਭੋਈ ਉੜਾ ਰਿਹਾ। ਇਹਨਾਂ ਨੇ ਕਹਿੰਦੇ ਇਸ ਕਿਸਮ ਦੀ ਹਰਕਤ ਕੀਤੀ ਹੋਈ ਹੈ ਤਾਂ ਹੀ ਸਾਡੀ ਪਬਲਿਕ ਉੱਠ ਕੇ ਤੁਰੀ ਹੋਈ ਹੈ। ਸੋਨੇ ਬਹੁਤ ਵੱਡਾ ਜੋ ਹੋਸਪਿਟਲ ਇਹ ਸਰਕਾਰ ਨੇ ਦਿੱਤਾ ਗਾ 465 ਕਰੋੜ ਰੁਪਏ ਦੀ ਲਾਗਤ ਨਾਲ ਬਣਨਾ, ਕਹਿ ਦੇਣਾ ਸੌਖਾ 465 ਕਰੋੜ ਰੁਪਇਆ ਤੇ 500 ਬੈੱਡ ਦਾ ਹੋਸਪਿਟਲ ਬਣਨਾ ਜੋ ਸਾਰੇ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਬਣਨਾ। 125 ਜ਼ਮੀਨ 5 ਮਹੀਨਾ ਤੇ ਵਿਹਲੀ ਪਈ ਹੈ। ਇਹ ਪੱਧਰ ਪੁਰਸ਼ਾਂ ਨੇ ਕੀਤਾ ਕੀ ਹੈ? ਹਾਈ ਕੋਰਟ ਸਟੇਅ ਲੈ ਕੇ ਕੰਮ ਰੋਕ ਛੱਡਿਆ ਵਾ। ਉਹ ਜੋ ਸਾਡੇ ਵਿੱਚ ਇੰਨੀ ਫੇਮਸ ਸੀ ਸ਼੍ਰੋਮਣੀ ਕਮੇਟੀ, ਉਹ ਤੁਸੀਂ ਬਣਾ ਲੈਂਦੇ ਉੱਥੇ ਅੱਜ ਆਦਮੀ ਰਾਜੇ ਸੀ ਪਿੱਛੇ ਹਟ ਜਾਂਦੇ ਅੱਜ ਬਣਾ ਲੈ ਸੀ। ਨਾ ਤਾਂ ਇਹਨਾਂ ਨੇ ਬਣਾਉਣਾ ਨਾ ਇਹਨਾਂ ਨੇ ਕੁਛ ਜਵਾਬ ਦੇਣਾ ਹੈਗਾ। ਇਹਨਾਂ ਦੀ ਹਾਲਤ ਐਸੀ ਮਿਲਦੀ ਹੈ। ਆਹ ਗੋਬਿੰਦ ਨੇ ਸਾਡੇ ਹੱਥ ਦੇ ਵਿੱਚੋਂ ਮੁਫ਼ਤੇ ਦਿੱਤਾ ਹੋਇਆ। ਪਹਿਲਾਂ 3 ਸਤੰਬਰ ਨੂੰ ਸਾਨੂੰ 20 ਬੰਦੇ ਨੇ ਹਰਿਮੰਦਰ ਸਾਹਿਬ ਲੈ ਕੇ ਗਿਆ ਧਾਮੀ ਦੇ ਕੋਲ। ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਤੇ ਉੱਥੇ ਜਾ ਕੇ ਗੁਰਮਤਾ ਕੀ ਹੋਇਆ? ਸ਼੍ਰੋਮਣੀ ਕਮੇਟੀ ਨੇ ਸਾਰੇ ਗੁਰਮਤਾ ਕਰਕੇ ਸਮੇਤ ਪ੍ਰਧਾਨ ਧਾਮੀ ਨੇ ਇਹ ਕਹਿ ਦਿੱਤਾ ਕਿ ਕੇਸ ਅੱਜ ਹੀ ਬਾਸ ਕਰ ਲੈਂਦੇ ਆ। ਫਿਰ ਉਸ ਤੋਂ ਬਾਅਦ ਬੜੀ ਤੇਜ਼ੀ ਦੇ ਨਾਲ ਇਹਨਾਂ ਨੇ ਪੱਧਰ ਮੁਸਿਆਂ ਨੇ ਕੀ ਕੀਤਾ? ਗੁਰਦੁਆਰਾ ਟੈਂਪਲ ਨਾ ਗੁਰਦੁਆਰਾ ਨਾਨਕੀਆਣਾ ਸਾਹਿਬ, ਨਾਨਕੀਆਣਾ ਸਾਹਿਬ ਜਾ ਕੇ ਸਾਰੀ ਸੰਗਤ ਨੂੰ ਇਕੱਠੇ ਕਰਕੇ, ਸਾਰੇ ਪੱਤਰਕਾਰਾਂ ਨੂੰ ਇਕੱਠੇ ਕਰਕੇ ਔਰ ਉੱਥੇ ਕੀ ਕੀਤਾ? ਸਾਰੇ ਦੂਜੇ ਦਿਨ ਅਗਲੇ 4-5 ਤਰੀਕ ਨੂੰ ਅਖਬਾਰਾਂ ਦੇ ਵਿੱਚ ਆਇਆ ਕਿ ਜੋ ਕੇਸ ਸੀ ਉਸ ਨੂੰ ਅਸੀਂ ਬਾਸ ਲੈ ਰਹੇ ਹਾਂ, ਕਾਗਜ਼ ਬਣਾਓ, ਅਸੀਂ ਕੋਈ ਰੁਕਾ ਨਹੀਂ ਲੜਨ ਜਾਵਾਂਗੇ। ਦੇਖੋ ਨਾ ਤਾਂ ਫਰਜ਼ਾਂ ਦੇ ਵਿੱਚ ਕੋਈ ਐਸ ਬੀ ਸੀ ਜਾਂ ਕੋਈ ਨਾਮ ਹੈ, ਸਾਰੇ ਟੋਟਲ ਅਕਾਲ ਕੌਂਸਲ ਦੇ ਵਿੱਚ ਗੁਰਦੁਆਰਾ ਅੰਗੀਠਾ ਸਾਹਿਬ ਦੇ ਜ਼ਮੀਨ ਦੇ ਵਿੱਚ ਇੱਕ ਬਿਰਸੇ ਦਾ ਵੀ ਇਹਨਾਂ ਦਾ ਕਿਸੇ ਨਾਮ ਨਹੀਂ ਬੋਲਦਾ। ਜਦੋਂ ਤੁਸੀਂ ਨਾਮ ਨਹੀਂ ਬੋਲਦਾ ਉਹ ਲੋਕ ਇਲਾਕੇ ਦੇ ਵਾਸਤੇ ਏਡੀ ਵੱਡੀ ਸੁਵਿਧਾ ਹੋਸਪਿਟਲ ਬਣ ਰਿਹਾ, ਤੁਸੀਂ ਕਿਉਂ ਇਸ ਕਿਸਮ ਦੀਆਂ ਹਰਕਤਾਂ ਕਰ ਰਹੇ ਹੋ? ਇਹ ਕਿਉਂ ਹਰਕਤਾਂ ਕਰਦੇ ਨੇ ਕਿ ਉੱਥੇ ਸੀਐਮ ਪੈਰ ਨਾ ਲਾ ਦੇਵੇ? ਕੋਈ ਗੱਲ ਨੀ, ਇਹਦੇ ਬਣਕਾ ਜਾਣੀਆਂ 7 ਮਹਾਰਾਜ ਨਾਲ ਤੁਸੀਂ ਮੱਥਾ ਲਾਇਆ। ਤੁਸੀਂ ਸਾਰੇ ਪੰਜਾਬ ਦੇ ਕੀ ਇਹ ਹਲਕਾ ਸਾਰੇ ਪੰਜਾਬ ਦੇ ਵਿੱਚ ਸਾਫ਼ ਕਰਕੇ ਰੱਖਾਂਗੇ। ਪਹਿਲਾਂ ਤੁਸੀਂ 3 ਬੰਦੇ ਜਿੱਤੇ ਔਰ ਸ਼੍ਰੋਮਣੀ ਕਮੇਟੀ ਇਲੈਕਸ਼ਨ ਆਊਗੀ, ਸਾਰੇ ਪੰਜਾਬ ਵਿੱਚ ਹੁੰਝਾ ਮਾਰਾਂਗੇ। ਸੋਨੂੰ ਅਸੀਂ ਜਿਵੇਂ ਧਾਮੀ ਨੇ ਉੱਥੇ ਨੌਜਵਾਨਾਂ ਨੇ ਮੋਹਾਲੀ ਵਿਖੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਨੇ 21 ਪਾਈ ਹੈ, ਕੱਲ ਵੀ ਬੇਨਤੀ ਕੀਤੀ ਸੀ ਸਾਡੇ ਸਿਵੇ ਸਰੂਰ ਦੇ ਲੋਕ 21 ਪਾਉਣਗੇ। ਅੱਜ ਮੰਡੇ ਨੌਜਵਾਨਾਂ ਤੁਸੀਂ ਦੇਖ ਰਹੇ ਹੋ ਮੋਬਾਈਲ ਲਾਜਮੇ ਉੱਥੇ ਸਾਰਾ ਕੁਛ ਜਿੱਥੇ ਵੀ ਸਾਨੂੰ ਇਹ ਮਿਲਦੇ ਇਸ ਮੁੱਦੇ ਉੱਤੇ ਪੁੱਛਣਾ ਨੀ ਸਤਰਾਂ ਦੇ ਹਾਰ ਪਾਉਣੇ ਨੇ, ਇਸੇ ਵਿੱਚ ਵੀ 17 ਦੇ ਹਾਰ ਪਾਉਣੇ ਨੇ ਔਰ ਧਾਮੀ ਆ ਗਏ ਉਸਨੇ ਵੀ 17 ਦੇ ਹਾਰ ਪਾਉਣੇ ਨੇ। ਦੇਖੋ ਤੁਸੀਂ ਜੀ 1920 ਤੋਂ ਲੈ ਕੇ ਅੱਜ ਤੱਕ ਸ਼੍ਰੋਮਣੀ ਕਮੇਟੀ ਬਣੀ ਹੈ, 1920 ਤੋਂ ਲੈ ਕੇ ਅੱਜ ਤੱਕ ਇਹੀ ਜੀ ਹਾਲਤ ਨਹੀਂ ਕਿਸੇ ਨੇ ਕੀਤੀ। ਇਹ ਇਹਨਾਂ ਨੇ ਸਟੇ ਲਈ ਆ, ਬੜੀ ਮਾੜੀ ਗੱਲ ਕੀਤੀ ਹੈ ਏਰੀਏ ਦੀ ਪ੍ਰੋਗਰੈਸ ਵਾਸਤੇ। ਜੇ ਹੋਸਪਿਟਲ ਬਣ ਜਾਂਦੇ ਨਾ ਤਾਂ ਸਾਰੇ ਏਰੀਏ ਦੇ ਜੋ ਬੱਚੇ ਨੇ ਉੱਥੇ ਐਡਜਸਟ ਹੋਣਗੇ ਤੇ ਹੋਰ ਵੀ ਬੜੀਆਂ ਫਾਰਮਾਂ ਲੱਗਣੀਆਂ ਨੇ, ਇੱਥੇ ਬਹੁਤ ਵੱਡਾ ਇੱਕ ਬਾਜ਼ਾਰ ਬਣ ਜਾਣਾ ਹੈਗਾ। ਆਪਾਂ ਨੂੰ ਲੁਧਿਆਣਾ ਜਾਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ, ਇੱਥੇ ਹੀ ਸਰ ਜਾਣਾ ਹੈਗਾ। ਬਹੁਤ ਵੱਡਾ ਹੋਸਪਿਟਲ 500 ਬੈੱਡ ਦਾ ਵੀ ਛੋਟਾ ਵੱਡਾ ਹੋਸਪਿਟਲ ਨਹੀਂ। ਇਹਨਾਂ ਲੋਕਾਂ ਨੇ ਕੀ ਕਰਿਆ? ਹਾਈ ਕੋਰਟ ਜਾ ਕੇ 4 ਜਣਾ ਲਿਖ ਕੇ
ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨਹੀਂ ਦੇ ਸਕਦੇ ਸੀ। ਉਹ ਸ਼ਾਇਦ ਸਾਡੇ ਪਿਓ ਦੀ ਜ਼ਮੀਨ ਹੈ, ਲੋਕਾਂ ਨੂੰ ਦਾਨ ਕੀਤੀ ਹੋਈ ਜ਼ਮੀਨ ਹੈ, ਲੋਕਾਂ ਨੂੰ ਸਹੂਲਤ ਵਾਸਤੇ ਜੋ ਜ਼ਮੀਨ ਦੇਤੀ, ਸਾਨੂੰ ਕੀ ਦਰਦ ਹੁੰਦਾ ਹੈਗਾ। ਗੱਲ ਸਿਰਫ